ਗੁਰੂ ਰੂਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰੋਫੈਸਰ ਪੂਰਨ ਸਿੰਘ ਜੀ ਨੇ ਇੱਕ ਥਾਈ ਮਨ ਦੇ ਭੇਦ ਨੂੰ ਖੋਲ ਕੇ ਦਰਸਾਇਆ ਹੈ ਕਿ ਮਨ ਇਤਨਾ ਚਾਲਾਕ ਹੈ ਕਿ ਉਹ ਸੱਚ ਨੂੰ ਝੂਠ ਤੇ ਝੂਠ ਨੂੰ ਸੱਚ ਸਾਬਤ ਕਰ ਸਕਦਾ ਹੈ ਤੇ ਸਾਨੂੰ ਵੀ ਭੁਲੇਖੇ ਵਿੱਚ ਪਾ ਸਕਦਾ ਹੈ ਇਸ ਲਈ ਕਹਿੰਦੇ ਹਨ ਤੁਸੀਂ ਗਲ ਕਤ ਕਰਦੇ ਬੜੇ ਸਾਵਧਾਨ ਰਹੋ ਆਓ ਪਿਆਰ ਨਾਲ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ ਜਦੋਂ ਤੁਸੀਂ ਗਲ ਕਥ ਕਰਦੇ ਹੋ ਤਾਂ ਸਾਵਧਾਨ ਰਹੋ ਤੁਹਾਡੇ ਅੰਦਰ ਉਹ ਸ਼ਕਤੀ ਹੈ ਜੋ ਸਾਰੇ ਅਯਥਾਰਥ ਨੂੰ ਯਥਾਰਥ ਬਣਾ ਸਕਦੀ ਹੈ ਫਿਰ ਪਿੱਛੋਂ ਇਹ ਅਯਥਾਰਥ ਯਥਾਰਥ ਦਾ ਰੂਪ ਧਾਰਨ ਕਰ ਜਾਂਦਾ ਹੈ ਅਤੇ ਤੁਸੀਂ ਇਹਨਾਂ ਛੋਟੀਆਂ अथवा ਤੁਛ ਵਸਤਾਂ ਸਦਕਾ ਆਪਣੇ ਮਨ ਦੇ ਭਰਮਾਂ ਕਾਰਨ ਅਤੇ ਨਿਰਾਰਥਕ ਗਲਬਾਤ ਸਦਕਾ ਆਤਮਾ ਦੇ ਯਥਾਰਥ ਨਾਲੋਂ ਟੁੱਟ ਜਾਂਦੇ ਹੋ ਇਸ ਪ੍ਰਕਾਰ ਤੁਸੀਂ ਆਪਣੇ ਪ੍ਰਭੂ ਪ੍ਰੀਤਮ ਤੋਂ ਵੀ ਵਿਛੜ ਜਾਂਦੇ ਹੋ ਹਾਂਜੀ ਫਿਰ ਦੁਹਰਾ ਦਈ ਕਿ ਜਦੋਂ ਤੁਸੀਂ ਗਲ ਕਥ ਕਰਦੇ ਹੋ ਤਾਂ ਸਾਵਧਾਨ ਰਹੋ ਤੁਹਾਡੇ ਅੰਦਰ ਉਹ ਸ਼ਕਤੀ ਹੈ ਜੋ ਸਾਰੇ ਅਯਥਾਰਥ ਨੂੰ ਯਥਾਰਥ ਬਣਾ ਸਕਦੀ ਹੈ ਫਿਰ ਪਿੱਛੋਂ ਇਹ ਅਯਥਾਰਥ ਯਥਾਰਥ ਦਾ ਰੂਪ ਧਾਰਨ ਕਰ ਜਾਂਦਾ ਹੈ ਅਤੇ ਤੁਸੀਂ ਇਹਨਾਂ ਛੋਟੀਆਂ ਅਥਵਾ ਤੁਛ ਵਸਤਾਂ ਸਦਕਾ ਆਪਣੇ ਮਨ ਦੇ ਭਰਮਾਂ ਕਾਰਨ ਅਤੇ ਨਿਰਾਰਥਕ ਗਲਬਾਤ ਸਦਕਾ ਆਤਮਾ ਦੇ yatharth ਨਾਲੋਂ ਟੁੱਟ ਜਾਂਦੇ ਹੋ ਇਸ ਪ੍ਰਕਾਰ ਤੁਸੀਂ ਆਪਣੇ ਪ੍ਰਭੂ ਪ੍ਰੀਤਮ ਤੋਂ ਵੀ ਵਿਛੜ ਜਾਂਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ